हाँ जी दोस्तों, सब तो पहला तो दा कॉलेज ऑफ नॉलेज चैनल देख रहे सारे ही साथियों नू प्यार भरी सत श्री अकाल। दोस्तों आज दी वीडियो विच असीं तुहाडे लई एक होर अहम ते ताज़ा जानकारी लैके हाजिर होए हां जी। जानकारी आ रही है जी खास करके पंजाब दीआं महिलावां लई, औरतां लई। नवें साल ते मान सरकार दा वड्डा तोहफा, महिलावां नू हर महीने मिलणगे हज़ार हज़ार रुपए। ਤਾਂ ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਜਿਹੜਾ ਪੰਜਾਬ ਦੀਆਂ ਔਰਤਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਹਰ ਮਹੀਨੇ ਹਰ ਮਹਿਲਾ ਨੂੰ ਹਜ਼ਾਰ ਹਜ਼ਾਰ ਰੁਪਏ ਦਿੱਤੇ ਜਾਣਗੇ। ਤਾਂ ਇਸ ਸਕੀਮ ਨੂੰ ਲੈ ਕੇ ਜਿਹੜੀ ਹੈ ਔਰਤਾਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀਆਂ ਸਨ। ਇਸ ਨੂੰ ਲੈ ਕੇ ਹੁਣੇ ਹੁਣੇ ਜਿਹੜੀ ਵੱਡੀ ਅਪਡੇਟ ਆ ਰਹੀ ਹੈ ਨਵੇਂ ਸਾਲ 'ਤੇ, ਕੀ ਨਿਊਜ਼ ਹੈ ਜੀ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੋਂ ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਪਾ ਰਹੇ ਹੋ, ਨਵੇਂ ਸਾਲ ਉੱਤੇ ਮਾਨ ਸਰਕਾਰ ਦੇ ਸਕਦੀ ਹੈ ਤੋਹਫ਼ਾ, महिलावां नूं हर महीने मिलणगे हज़ार रुपए। 1 जनवरी 2023 दी न्यूज़ है जी। मान सरकार नवें साल मौके पंजाबियों नूं कई तोहफे दे सकती है। उसे तरह पंजाबियों नूं सरकार तो कई उम्मीदां हन। आम आदमी पार्टी दी सरकार ने चोणां तो पहला सूबे दीआं औरतां नूं हज़ार रुपए प्रति महीना देण दा ऐलान कीता सी। हालांकि सरकार पहले साल विच इह वादा पूरा नहीं कर सकी, पर 2023 ਵਿੱਚ ਔਰਤਾਂ ਨੂੰ ਇਹ ਲਾਭ ਮਿਲਣ ਦੀ ਉਮੀਦ ਹੈ। ਇਸ ਲਈ ਸਰਕਾਰ ਨੇ ਅੰਦਰੂਨੀ ਤੌਰ ਉੱਤੇ ਪੂਰੀ ਤਿਆਰੀ ਕਰ ਲਈ ਹੈ। ਪੰਜਾਬ ਸਰਕਾਰ ਇਸ ਸਾਲ ਦੇ ਬਜਟ ਵਿੱਚ ਇਸ ਐਲਾਨ ਨੂੰ ਲਾਗੂ ਕਰ ਸਕਦੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਬਾਅਦ ਪੰਜਾਬ ਨੂੰ ਨਵੇਂ ਸਾਲ ਵਿੱਚ ਤੀਜਾ ਅੰਤਰਰਾਸ਼ਟਰੀ ਹਵਾਈ ਅੱਡਾ ਬਣਨ ਜਾ ਰਿਹਾ ਹੈ। ਲੁਧਿਆਣਾ ਦੇ ਹਲਵਾਰਾ ਵਿਖੇ ਇਸ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਤਾਂ ਦੋਸਤੋ ਆਸ ਕਰਦੇ ਹਾਂ ਇਹ ਜਿਹੜੀ ਹਜ਼ਾਰ ਹਜ਼ਾਰ ਰੁਪਏ ਦੀ ਸਕੀਮ ਹੈ ਛੇਤੀ ਹੀ ਔਰਤਾਂ ਨੂੰ ਮਿਲਣਾ ਸ਼ੁਰੂ ਹੋ ਜਾਏ। ਬਾਕੀ ਮਾਨ ਸਰਕਾਰ ਦੇ ਇਸ ਫੈਸਲੇ ਬਾਰੇ ਤੁਹਾਡੇ ਕੀ ਵਿਚਾਰ ਨੇ, ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨਾ। ਥੈਂਕ